ਔਰ ਇੱਕ ਜਗ੍ਹਾ ਤੇ ਯਿਸੂ ਮਸੀਹ ਗਿਆ ਔਰ ਇੱਕ ਔਰਤ ਖੂਹ ਤੇ ਪਾਣੀ ਭਰਨ ਦੇ ਲਈ ਆਈ। ਪਹਿਲਾਂ ਖੂਹ ਚੱਲਦੇ ਸੀ, ਅੱਜ ਤਾਂ ਦੇਖੋ ਜੀ ਬਟਨ ਛੱਡੋ ਤੇ ਚਲੋ ਮੋਟਰ, ਨਲਕਾ ਵੀ ਪਹਿਲਾਂ ਗੇੜਨਾ ਨਾਲ ਲੱਗਾ, ਪਹਿਲਾਂ ਤਾਂ ਘੰਟਾ ਕੋ ਨਲਕਾ ਗੇੜਨਾ ਬੈਠੋ ਮਸੇ ਪੀਂਦਾ ਸੀ ਸਰ ਵਾਲਾ ਲੜੀਆ, ਅੱਜ ਤਾਂ ਬਟਨ ਛੱਡੋ ਜੀ ਚਲੋ ਅੰਦਰ ਹੀ ਨਾ ਲਓ ਸਰ ਵਾਲਾ ਲੜੀਆ। ਔਰ ਦੇਖੋ ਉਸ ਸਮੇਂ ਦੇ ਵਿੱਚ ਜਦੋਂ ਖੂਹ ਤੇ ਇੱਕ ਔਰਤ ਪਾਣੀ ਭਰਨ ਲਈ ਆਏ ਔਰ ਯਿਸੂ ਮਸੀਹ ਨੂੰ ਬੋਲਦਾ ਹੈ, ਕਹਿੰਦੇ ਇੱਥੇ ਰੋਜ਼ ਪਾਣੀ ਭਰਨ ਲਈ ਆਉਂਦੀ ਹੈ? ਕਹਿੰਦੀ ਹਾਂ। ਕਹਿੰਦਾ ਇੱਦਾਂ ਕਰ ਮੈਨੂੰ ਇੱਕ ਪਾਣੀ ਦਾ ਗਲਾਸ ਪਵਾ। ਉਹ ਕਹਿੰਦੀ ਤੂੰ ਕੌਣ ਹੈ? ਕਹਿੰਦਾ ਮੈਂ ਯਹੂਦੀਆਂ ਦੇ ਵਿੱਚੋਂ ਹਾਂ ਔਰ ਯਹੂਦੀਆਂ ਦਾ ਔਰ ਸਾਮਰੀਆਂ ਦਾ ਆਪਸ ਵਿੱਚ ਮੇਲ ਮਿਲਾਪ ਨਹੀਂ ਸੀ ਔਰ ਇੱਕ ਦੂਜੇ ਨਹੀਂ ਵਰਤਦੇ ਸੀ। ਔਰ ਔਰਤ ਬੋਲੇ ਕਹਿੰਦੇ ਅਸੀਂ ਤਾਂ ਤੁਹਾਡੇ ਨਾਲ ਵਰਤਦੇ ਨਹੀਂ ਆ, ਤੂੰ ਮੇਰੇ ਕੋਲ ਪਾਣੀ ਦਾ ਗਲਾਸ ਮੰਗਦੀ ਮੰਗਦਾ ਹੈ? ਔਰ ਯਿਸੂ ਮਸੀਹ ਬੋਲਦਾ ਹੈ ਜੇਕਰ ਤੂੰ ਪਾਣੀ ਦਾ ਗਲਾਸ ਮੈਨੂੰ ਦੇਂਦੇ ਔਰ ਮੈਂ ਤੈਨੂੰ ਅੰਮ੍ਰਿਤ ਜਲ ਦਿੰਦਾ ਜੋ ਅਨੰਤ ਜਿਉਣ ਤੱਕ ਉਛਲਦਾ ਰਹੇਗਾ, ਤਾਂ ਕਿ ਤੂੰ ਦੁਬਾਰਾ ਇਸ ਜਗ੍ਹਾ ਤੇ ਭਰਨ ਲਈ ਨਾ ਆਉਂਦੀ। ਔਰ ਉਹ ਬੋਲਦੀ ਹੈ ਗੁਰੂ ਜੀ ਤੇਰੇ ਕੋਲ ਤਾਂ ਕੋਈ ਡੋਲ ਵੀ ਨਹੀਂ ਹੈ, ਕੋਈ ਡੱਬਾ ਬਾਲਟੀ ਵੀ ਨਹੀਂ, ਗਲਾਸ ਵੀ ਨਹੀਂ ਹੈ, ਤੂੰ ਮੈਨੂੰ ਅੰਮ੍ਰਿਤ ਜਲ ਕਿੱਦਾਂ ਦਿੰਦਾ? ਕਹਿੰਦਾ ਜੇਕਰ ਤੂੰ ਮੈਨੂੰ ਜਾਣਦੀ ਹੁੰਦੇ ਤਾਂ ਪਰਮੇਸ਼ਰ ਦੀ ਬਖਸ਼ਿਸ਼ ਨੂੰ ਜਾਣਦੇ ਹੁੰਦੇ ਤਾਂ ਮੈਂ ਤੈਨੂੰ ਅੰਮ੍ਰਿਤ ਜਲ ਦਿੰਦਾ ਤਾਂ ਕਿ ਅਨੰਤ ਜਿਉਣ ਤੱਕ ਉਛਲਦਾ ਰਹੇਗਾ, ਤਾਂ ਕਿ ਤੂੰ ਦੁਬਾਰਾ ਭਰ ਲਏ ਇਸ ਜਗ੍ਹਾ ਤੇ ਨਾ ਆਉਂਦੀ। ਔਰ ਕਹਿੰਦੀ ਗੁਰੂ ਜੀ ਉਹ ਮੈਨੂੰ ਜਲ ਦਿਓ, ਮੈਂ ਰੋਜ਼ ਪਾਣੀ ਭਰਨ ਆਉਂਦੀ ਆ, ਫਿਰ ਖਤਮ ਹੋ ਜਾਂਦਾ ਹੈ, ਫਿਰ ਆਉਂਦੀ ਆ, ਫਿਰ ਖਤਮ ਹੋ ਜਾਂਦਾ ਹੈ, ਫਿਰ ਆਉਂਦੀ ਆ। ਯਿਸੂ ਮਸੀਹ ਕਹਿੰਦਾ ਕਹਿੰਦਾ ਤੂੰ ਕੌਣ ਹੈ? ਕਹਿੰਦਾ ਇੱਦਾਂ ਕਰ ਤੂੰ ਆਪਣੇ ਪਤੀ ਨੂੰ ਬੁਲਾ ਲੈ ਕੇ ਆ। ਉਹ ਕਹਿੰਦੀ ਮੇਰਾ ਕੋਈ ਪਤੀ ਨਹੀਂ। ਕਹਿੰਦਾ ਤੂੰ ਠੀਕ ਕਿਹਾ। ਕਹਿੰਦਾ ਤੂੰ ਪੰਜ ਪਤੀ ਕਰ ਚੁੱਕੀ ਹੈ ਔਰ ਜੋ ਤੇਰੇ ਕੋਲ ਹੈ ਉਹ ਵੀ ਤੇਰਾ ਨਹੀਂ ਹੈ। ਔਰ ਔਰਤ ਬੋਲੇ ਕਹਿੰਦੀ ਸੱਚਮੁੱਚ ਤੂੰ ਨਬੀ ਲੱਗਦਾ ਹੈ। ਔਰ ਯਿਸੂ ਮਸੀਹ ਨੂੰ ਜਦੋਂ ਬੋਲਦੀ ਹੈ ਯਿਸੂ ਮਸੀਹ ਕਹਿੰਦਾ ਹਾਂ ਮੈਂ ਪਰਮੇਸ਼ਰ ਦਾ ਪੁੱਤਰ ਹਾਂ, ਮੈਂ ਜਾਣਦਾ ਹਾਂ ਕਿ ਕੌਣ ਇਨਸਾਨ ਕਿੱਦਾਂ ਚੱਲਦਾ ਹੈ, ਕਿੱਦਾਂ ਬਣਿਆ ਰਹਿੰਦਾ ਹੈ। ਔਰ ਪਿੰਡ ਨਗਰ ਦੇ ਵਿੱਚ ਗਏ, ਉਹਨੇ ਰੌਲਾ ਪਾਇਆ ਕਿ ਯਿਸੂ ਮਸੀਹ ਆਇਆ ਹੈ, ਨਬੀ ਆਇਆ ਹੈ, ਦੁਨੀਆਂ ਦਾ ਰਾਜਾ ਆਇਆ ਹੈ, ਜੋ ਆਉਣ ਵਾਲਾ ਸੀ ਧਰਤੀ ਤੇ ਉਹ ਆ ਚੁੱਕਾ ਹੈ, ਪੂਰੀ ਦੁਨੀਆਂ ਦਾ ਮਾਲਕ ਆ ਚੁੱਕਾ ਹੈ, ਉਹ ਯਿਸੂ ਮਸੀਹ ਹੈ। ਔਰ ਅੱਜ ਤੁਸੀਂ ਲਹੂ ਉਹਦਾ ਪਿਆਲਾ ਪੀ ਕੇ ਜਾਣਾ ਜੋ ਬਣੇ ਰਹਿੰਦੇ ਅਨੰਤ ਜਿਉਣ ਤੱਕ ਉਛਲਦਾ ਰਹੇਗਾ। ਮਤਲਬ ਕੀ ਹੈ? ਸਾਡੀ ਪਿਆਸ ਲੱਗਦੀ ਹੈ, ਅਸੀਂ ਰੋਟੀ ਖਾਂਦੇ ਹਾਂ, ਪਰ ਅਸੀਂ ਯਿਸੂ ਮਸੀਹ ਦੀ ਰੋਟੀ ਖਾਂਗੇ ਔਰ ਦਿੱਤੀ ਰੋਟੀ ਨੂੰ ਖਾਂਗੇ ਤਾਂ ਕਿ ਮੁਸੀਬਤ ਹਾਲਾਤਾਂ ਦਾ ਅਸੀਂ ਸਾਹਮਣਾ ਕਰ ਸਕੀਏ, ਇਹ ਦੁਨੀਆਂ ਦਾ ਬੋਝ ਉਠਾ ਸਕੀਏ, ਜਿੱਦਾਂ ਯਿਸੂ ਮਸੀਹ ਨੇ ਉਹ ਬੋਝ ਉਠਾਇਆ।